ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਹਾਜ਼ਰ ਹੋਇਆ ਤੁਹਾਡੇ ਲਈ ਲੈ ਕੇ ਅਮਰੀਕਾ ਤੋਂ ਵੱਡੀ ਅਪਡੇਟ ਅਮਰੀਕਾ ਦੇ ਸਾਊਥ ਰਕੋਟਾ ਚ ਜੰਗਲੀ ਅੱਗ ਲੱਗ ਜਾਂਦਾ ਸਮਾਚਾਰ ਪ੍ਰਾਪਤ ਹੋ ਰਿਹਾ ਜਿਸ ਨਾਲ ਕਈ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣ ਦੀ ਮਜਬੂਰ ਹੋਣਾ ਪੈ ਰਿਹਾ ਹੈ ਦੱਖਣੀ ਰਕੋਟਾ ਦੇ ਬਕਾਇ ਬਲੈਕ ਹਿਲਜ਼ ਵਿੱਚ ਲੱਗੀਆਂ ਤਿੰਨ ਜੰਗਲੀ ਅੱਗਾਂ ਨੇ ਸੈਂਕੜੇ ਘਰਾਂ ਨੂੰ ਖਾਲੀ ਕਰਵਾਉਣ ਦੇ ਨਾਲ ਮਾਉ ਟ੍ਰਸ਼ਮੋਰ ਨੈਸ਼ਨਲ ਮੈਮੋਰੀਅਲ ਨੂੰ ਬੰਦ ਕਰਨ ਲਈ ਵੀ ਮਜਬੂਰ ਕੀਤਾ ਹੈ ਪ੍ਰਿੰਗਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਰੈਪਿਡ ਸ਼ਹਿਰ ਦੇ ਪੱਛਮੀ ਨੀਮੋ ਖੇਤਰ ਵਿੱਚ ਅੱਗ ਸ਼ੁਰੂ ਹੋਈ ਜੋ ਕਿ 1.5 ਵਰਗ ਮੀਲ ਤੱਕ ਫੈਲੀ ਅਧਿਕਾਰੀਆਂ ਅਨੁਸਾਰ ਇਸ ਅੱਗ ਨਾਲ ਕਈ ਆਊਟ ਬਿਲਡਿੰਗਾਂ ਤੇ ਘੱਟੋ ਘੱਟ ਇੱਕ ਘਰ ਤਬਾਹ ਹੋ ਗਿਆ ਹੈ ਪਨੇਗਟਨ ਕਾਉਂਟੀ ਸ਼ੈਰਫ ਕਿਵਨ ਥੌਮ ਨੇ ਕਿਹਾ ਕਿ ਰੈਪਿਡ ਸਿਟੀ ਜਰਨਲ ਦੇ ਅਨੁਸਾਰ 400 ਤੋਂ 500 ਦੇ ਵਿਚਕਾਰ ਘਰ ਖਾਲੀ ਕਰਵਾ ਲਏ ਗਏ ਹਨ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਸਾਗ ਤੇ ਕਾਬੂ ਕਰਨ ਲਈ ਤਕਰੀਬਨ 250 ਫਾਇਰ ਫਾਈਟਰਸ ਨੇ ਜਦਦੋ ਜਹਿਦ ਕੀਤੀ ਜਦ ਕਿ ਤੇਜ਼ ਹਣੇਰੀ ਦੀ ਰਫ਼ਤਾਰ 50 ਮੀਲ ਪ੍ਰਤੀ ਘੰਟਾ ਤੋਂ ਲੈ ਕੇ 72 ਮੀਲ ਪ੍ਰਤੀ ਘੰਟਾ ਤੱਕ ਸੀ ਆ ਦੋਸਤੋ ਅਮਰੀਕਾ ਤੋਂ ਵੱਡੀ ਖਬਰ ਸਾਊਥ ਡਕੋਤਾ ਵਿੱਚ ਲੱਗੀ ਅੱਗ ਦੇ ਕਾਰਨ ਕਈ ਲੋਕਾਂ ਨੂੰ ਘਰ-ਬਾਰ ਛੱਡਣੇ ਮਜਬੂਰ ਹੋਣਾ ਪੈ ਰਿਹਾ ਹੈ ਤੇ ਅੱਗ ਤੇ ਕਾਬੂ ਪਾਉਣ ਲਈ ਵੱਡੀ ਜਦੋਂ ਜਿਹੜੀ ਫਾਇਰ ਫਾਈਟਰਸ ਵੱਲੋਂ ਕੀਤੀ ਜਾ ਰਹੀ ਹੈ ਇਹੋ ਜਿਹੀਆਂ ਹੋਰ ਲੇਟੈਸਟ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਜਲਦੀ ਮਿਲਦੇ ਹਾਂ ਕੁ ਨਵੀਂ ਤੇ ਤਾਜ਼ਾ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ